ਮੇਰਾ ਨਾਮ ਰੀਟਾ ਵਾ ਅਤੇ ਮੈਂ ਮੁੰਡਾ ਮੇਰਾ ਭਤੀਜਾ ਸੀ ਅਤੇ ਉਹ ਜਦੋਂ ਇੱਥੋਂ ਘਰੋਂ ਭੱਜ ਗਏ ਨਾ, ਲੜਕੀ ਨੇ ਬਹੁਤ ਤੰਗ ਕੀਤਾ ਸੀ, ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ, ਬਹੁਤ ਤੰਗ ਕੀਤਾ ਸੀ। ਅਸੀਂ ਫੋਨ ਤੋਂ ਝਿੜਕਿਆ ਵੀ ਸੀ, ਉਹ ਆਉਂਦੀ ਸੀ ਮੇਰੇ ਕੋਈ ਰੋਹਿਤ ਖੋ ਨਹੀਂ ਸਕਦਾ, ਅਤੇ ਅਸੀਂ ਜਦੋਂ ਉਹਨੂੰ ਝਿੜਕਿਆ ਅਤੇ ਉਹ ਮੁੜ ਕੇ ਦੂਜੇ ਦਿਨ ਹੀ ਮੈਂ ਇੱਥੋਂ ਗਈ ਹਾਂ ਝਿੜਕ ਝੁੜਕ ਕੇ ਦੋਨਾਂ ਨੂੰ, ਅਤੇ ਉਹ ਲੈ ਕੇ ਅਤੇ ਮੁੰਡੇ ਨੂੰ ਘਰੋਂ ਤੇ ਚੱਲ ਗਈ ਆ, ਬੈਕ ਲੀੜਿਆਂ ਦਾ ਭਰਿਆ, ਘਰੋਂ ਲੀੜਿਆ ਲੱਤਾਂ ਸਾਰਾ ਲਿਖ ਕੇ ਗਈ ਆ, ਉਹਦੇ ਘਰਦਿਆਂ ਦੇ ਆ ਵੀ ਇਹਨੂੰ ਇਹ ਬੰਨ੍ਹ ਕੇ ਖੜਿਆ ਵਾ, ਦੋ ਜੋੜੇ ਜੁੱਤੀਆਂ ਦੇ ਆ, ਪੰਜ ਸੱਤ ਜੋੜੇ ਲੀੜਿਆਂ ਦੇ ਵਾ, ਸਭ ਕੁਛ ਪੈਸੇ ਉੱਤੇ ਲਾ ਵੀ, ਮੈਨੂੰ ਨਹੀਂ ਪਤਾ ਕਿੰਨਾ ਵਾ, 1000-2000 ਆਉਂਦੀ ਮੇਰੇ ਕੋਲ 1000 ਰੁਪਈਆ ਵਾ। ਅਤੇ ਬਾਕੀ ਇਹਨਾਂ ਨੇ ਜਦੋਂ ਜ਼ਿਆਦਾ ਬੰਦੇ ਵੇਖ ਕੇ ਜਦੋਂ ਸਵੇਰ ਸਵੇਰ ਅਸੀਂ ਪੇਸ਼ ਕਰਾਉਣ ਲੱਗੇ ਹਾਂ, ਪਹਿਲਾਂ ਆਣ ਕੇ ਚੌਂਕੀ ਵੀ ਉੱਥੇ ਜਨਾ ਚਮਿਆਰੀ ਚੌਂਕੀ ਪੇਸ਼ ਕਰਾਉਂਦੇ ਹਾਂ, ਜਦੋਂ ਇਹਨਾਂ ਨੇ ਬੂਹਾ ਖੜਕਾਇਆ ਅਤੇ ਮੈਂ ਵੇਖਿਆ ਅਤੇ ਜਦੋਂ ਤਾਂ ਬਹੁਤ ਜ਼ਿਆਦਾ ਲੈਣ ਲੱਗੀ ਬੜੇ ਜਣੇ, ਅਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਿਤਾ ਇੱਥੇ ਨਹੀਂ ਆਇਆ, ਵੀ ਜੇ ਮੈਂ ਕਹਿਤਾ ਆਇਆ ਤਾਂ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ। ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ, ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ, ਜਨਾਨੀ ਤਲਾਸ਼ੀ ਕਰਨ ਡਿਆ ਪਈ ਆ, ਤਲਾਸ਼ੀ ਕਰਕੇ ਇਹਨੇ ਵੇਖ ਦਿੱਤਾ ਅਤੇ ਉਹਨਾਂ ਦੇ ਗਾੜੀ ਸੁੱਟ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ, ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ, ਕੁੜੀ ਨੂੰ ਹਿੱਕ ਨਾਲ ਲਾ ਲਿਆ, ਤਾਂ ਮੁੰਡੇ ਨੂੰ ਦੇ ਥੱਪੜ ਅਤੇ ਥੱਪੜ ਸਾਰੇ ਜਣੇ ਪੈ ਗਏ ਆ, ਗਲੀ 'ਚ ਵੀ ਅਤੇ ਬਾਹਰ ਵੀ, ਅਤੇ ਮੁੜ ਕੇ ਰਾਹ 'ਚ ਖੜ ਕੇ ਉਹਨੂੰ ਮਾਰ ਕੇ ਬੰਨ੍ਹ ਕੇ, ਫਿਰ ਇਹਨਾਂ ਰਾਹ 'ਚ ਖਿਲਾਰ ਕੇ ਬੰਨ੍ਹ ਕੇ ਉਹਦੇ ਮੂੰਹ ਦੇ ਵਿੱਚ ਛਿੱਤਰ ਮਾਰਦੇ ਰਹੇ, ਵੀਡੀਓ ਬਣਾਉਂਦੇ ਰਹੇ ਮਾਰ ਮਾਰ ਕੇ, ਉੱਥੋਂ ਹੀ ਅੱਧ ਬਲੋਇਆ ਜਿਹਾ ਕਰਕੇ ਲੈ ਕੇ ਗਏ ਆ, ਅਤੇ ਉੱਥੇ ਜਾ ਕੇ ਉਹ ਬੱਚੇ ਦੀਆਂ ਸ਼ਰਟਾਂ ਜਿਹੜੀਆਂ ਉਹ ਜ਼ਹਿਰ ਹੋ ਗਈਆਂ ਨੇ, ਜ਼ਿਆਦਾ ਉਹਨੂੰ ਤਕਲੀਫ ਦੇਣ ਡੈ ਪਈਆਂ ਨੇ, ਅਤੇ ਇਸੇ ਵਜ੍ਹਾ ਦੇ ਨਾਲ ਪੁਲਿਸ ਬਾਅਦ 'ਚ ਚੌਂਕੀ ਫੜਾਇਆ ਵਾ ਉਹਨਾਂ ਨੂੰ, ਉਹਨਾਂ ਨੇ ਲਿਆ ਕੇ ਉੱਥੇ ਸੁੱਟਿਆ, ਚੌਂਕੀ ਵਾਲਿਆਂ ਨੇ ਕੁੱਟਿਆ ਵਾ, ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ, ਉਹਨਾਂ ਦੀ ਸੁਣੀ ਆ, ਉਹਨਾਂ ਕੁੜੀ ਨਹੀਂ ਫੜੀ, ਕੁਛ ਨਹੀਂ ਕੀਤਾ, ਉਹਨਾਂ 'ਤੇ ਪਰਚਾ ਨਹੀਂ ਕੀਤਾ, ਪਰਚਾ ਉਹਨਾਂ 'ਤੇ ਵੀ ਚਾਹੀਦਾ ਸੀ, ਕੁੜੀ ਦੀ ਪੂਰੀ ਗਲਤੀ ਸੀ, ਕੁੜੀ ਨੂੰ ਹਿੱਕ ਨਾ ਲਾ ਲਿਆ ਵਾ, ਅਤੇ ਮੁੰਡੇ ਨੂੰ ਫੜ ਕੇ ਤੇ ਨਾ ਮਾਰ ਦਿੱਤਾ ਵਾ। ਮੈਂ ਕਸੂਰਵਾਰ ਮੰਨਦੀ ਹਾਂ ਪੂਰਾ ਕੁੜੀ ਨੂੰ ਅਤੇ ਕੁੜੀ ਦੇ ਮਾਂ ਪਿਓ ਨੂੰ, ਅਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਦਵਾ ਤਾਂ ਕੁੜੀ ਨੂੰ ਛਾਤੀ ਨਾਲ ਲਾ ਲਿਆ, ਅਤੇ ਮੁੰਡੇ ਨੂੰ ਚਪੇੜਾਂ ਡਿਆ ਵੀ ਮਾਰਨਾ, ਆਪ ਵੀ ਮਾਰਨ ਡਿਆ ਵੀ, ਤਾਂ ਉਹਨਾਂ ਕੋਲ ਵੀ ਮਰਵਾਈਆਂ। ਮੈਂ ਚਾਹੁੰਦੀ ਹਾਂ ਵੀ ਉਹ ਬੁੱਢੀ ਦਾ ਵੀ ਪਰਚਾ ਹੋਣਾ ਚਾਹੀਦਾ, ਉਹ ਮੈਨੂੰ ਨਹੀਂ ਪਤਾ, ਮੱਝ ਜੀ ਕਾਲੀ ਜੀ ਹੈਗੀ ਸੀ, ਮੈਨੂੰ ਨਹੀਂ ਪਤਾ ਉਹ ਕੌਣ ਆ, ਉਹਨਾਂ ਦੀ ਕੀ ਲੱਗਦੀ। ਹਾਂਜੀ, ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ, ਅਸੀਂ ਉਹਨਾਂ ਚੱਕਰ ਅਸੀਂ ਲਾਸ਼ ਰੱਖਾਂਗੇ ਸੜਕ ਦੇ ਉੱਤੇ, ਜਿੰਨਾ ਚੱਕਰ ਸਾਡੀ ਸੁਣਵਾਈ ਨਾ ਹੋਏਗੀ ਅਸੀਂ ਇਹਦਾ ਹਜੇ ਅਸੀਂ ਕੁਛ ਨਹੀਂ ਕਰ ਸਕਦੇ ਲਾਸ਼ ਦਾ, ਅਸੀਂ ਲਾਸ਼ ਸਾਰਿਆਂ ਨੇ ਜਾ ਕੇ ਧਰਨਾ ਲਾ ਦੇਣਾ, ਲਾਸ਼ ਅਸੀਂ ਸੜਕ 'ਤੇ ਰੱਖਦੇ ਨਹੀਂ। ਮੇਰਾ ਨਾਮ ਬਿਲਮ ਸੀ ਅਤੇ ਮੇਰੇ ਪਿੰਡ ਚਮਿਆਰੀ ਹੈ, ਤਹਿਸੀਲ ਜਨਾਲ, ਡਿਸਟ੍ਰਿਕਟ ਅੰਮ੍ਰਿਤਸਰ। ਅਤੇ ਸਾਡੇ ਬੇਟੇ ਨੂੰ ਨਾ ਇੱਥੋਂ 15-20 ਗੁੰਡੇ ਜਿਹੜੇ ਨਾ ਚੁੱਕ ਲਿਆਏ ਆ, ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਗਈ ਆ, ਅਤੇ ਫਿਰ ਉਹਨਾਂ ਨੇ ਜਾ ਕੇ ਅਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋਲ ਗਏ ਸੀ, ਉਹਨਾਂ ਕੋਲ ਫੜ ਕੇ ਇਹਨਾਂ 15-20 ਗੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ, ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਅਤੇ ਨੱਕ ਨਾਲ ਲਕੀਰਾਂ ਕਢਾਈਆਂ ਨੇ, ਅਤੇ ਬਹੁਤ ਜ਼ਿਆਦਾ ਤਸ਼ੱਜਦ ਕੀਤੇ ਉਹਨਾਂ 'ਤੇ, ਅਤੇ ਉਹਨਾਂ ਵਿੱਚੋਂ 5 ਦੀ ਸਾਨੂੰ ਪਛਾਣ ਹੈਗੀ ਆ, ਬਾਕੀ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀਆਂ ਨੂੰ ਪਛਾਤੇ ਨੇ। ਅਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਵਾ ਘਰ ਵਾਲਿਆਂ ਨੇ, ਅਤੇ ਮੁੜ ਕੇ ਬਾਅਦ 'ਚ ਪੁਲਿਸ ਵਾਲੇ ਨੇ ਕੁੱਟਿਆ ਨੇ, ਪ੍ਰਸ਼ਾਸਨ ਨੇ ਕੁੱਟਿਆ ਵਾ, ਅਤੇ ਕੁੱਟ ਕੁੱਟ ਕੇ ਇੰਨਾ ਜ਼ਿਆਦਾ ਕੁੱਟਤਾ ਕਿ ਉਹ ਬੱਚੇ ਦੀ ਡੈਥ ਹੋ ਗਈ ਹੈ, ਬੱਚਾ ਜੇਲ੍ਹ 'ਚ ਹੀ। ਇਹਨਾਂ ਦੀ ਉਹਨਾਂ ਦੀ ਕੁੜੀ ਗਈ ਉਹਦੇ ਨਾਲ ਆਪ, ਅਤੇ ਉਹ ਬੈਗ ਬੂਗ ਲੈ ਕੇ ਆਈ, ਆਪ ਤਿਆਰ ਹੋ ਗਿਆ ਆ, ਅਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ, ਪਰ ਇਹਨਾਂ ਨੇ ਗੁੰਡੇ ਖੜ ਕੇ ਅਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ, ਅਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ। ਹਾਂ, ਪੁਲਿਸ ਨੇ ਉਹਨਾਂ ਕੋਲ ਪੈਸੇ ਲੈ ਕੇ ਅਤੇ ਉਹਨਾਂ 'ਤੇ ਮੁੰਡੇ 'ਤੇ ਪਰਚਾ ਕਰ ਦਿੱਤਾ। ਹਾਂ, ਇਹਨਾਂ ਜੋ ਕੁੱਟਿਆ ਜਿਹੜਾ ਵਾ, ਉਹਨਾਂ ਨਾਲ ਸੱਟਾਂ ਨਹੀਂ ਇੰਨੀਆਂ ਜ਼ਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਝੱਲ ਸਕਿਆ, ਛੋਟਾ ਬੱਚਾ ਤਾਂ ਹੈਗਾ ਸੀ, ਉਹ ਸਿਆਣਾ ਹੈ ਨਹੀਂ, ਨਾਬਾਲਗ ਸੀ। ਜਦੋਂ ਅਸੀਂ ਮਿਲਣ ਗਏ ਤਾਂ ਉੱਥੇ ਹੋਸ਼ ਹੀ ਕੁਝ ਨਹੀਂ,
ਤੇ ਨਾ ਉਹਨਾਂ ਨੇ ਕੁਝ ਇਲਾਜ ਕਰਾਇਆ, ਨਾ ਉਹਨਾਂ ਸਾਨੂੰ ਦੱਸਿਆ ਜੀ ਕਿ ਤੁਹਾਡਾ ਬੱਚਾ ਸਿਰਫ ਸ਼ਾਮੀ ਜਦੋਂ ਬਿਲਕੁਲ ਹੀ ਡੈਡ ਹੋ ਗਿਆ ਤੇ ਫਿਰ ਉਹਨਾਂ ਸਾਨੂੰ ਫੋਨ ਕੀਤਾ ਵਾ। ਉਸ ਤੋਂ ਬਾਅਦ ਅਸੀਂ ਗਏ ਤੇ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਹਾਂ ਤੇ ਫਿਰ ਸਾਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਆ। ਪੁਲਿਸ ਅਧਿਕਾਰੀ ਦਾ ਮੈਨੂੰ ਨਹੀਂ, ਸਾਨੂੰ ਵੜਨ ਨਹੀਂ ਦਿੱਤਾ, ਅਸੀਂ ਦੋ ਤਿੰਨ ਜੀ ਗਏ ਹਾਂ, ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਡੰਡੇ ਲੈ ਕੇ ਤੇ ਉੱਥੇ ਬੈਠੇ ਰਹੇ ਚੌਂਕੀ 'ਚ ਤਾਂ ਸਾਨੂੰ ਗਾਂਹ ਜਾਣ ਹੀ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਹਾਂ ਕਿ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਏ ਤਾਂ 302 ਦਾ ਪਰਚਾ ਹੋਣਾ ਚਾਹੀਦਾ ਵਾ। ਅਸੀਂ ਫਿਰ ਜੋ ਵੀ ਸਾਡੇ ਕੋਲ ਚੌਂਕ 'ਚ ਬੰਦ ਕੀਤਾ ਜਾਏਗਾ, ਜਨਾਲਾ ਚੌਂਕ ਲਿਆ ਕੇ